ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਸਰਾਵਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਜੱਜ ਭਾਅ ਜੀ ਹੁਣਾਂ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ, ਤਿੰਨੇ ਤੁਹਾਨੂੰ ਸਵਾਈਆਂ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਚਲੋ ਵਧੀਆ, ਹੁਣ ਲੋਹੜੀ ਆਉਣ ਦੀ ਆ, ਹੁਣ ਫਿਰ ਠੀਕ ਆ। ਤੇ ਅੱਜ ਤਿੰਨ ਹੀ ਕਰਤੀਆਂ ਜੇ ਮੈਨੂੰ ਲੱਗਿਆ, ਮੱਛੀਆਂ ਇੱਕ ਤੇ ਹੁਣੇ ਖਾ ਲੱਤ ਕੇ ਖੜੀ ਵੀਰ ਨੇ। ਅੱਛਾ, 15 ਮਿੰਟ ਹੋਏ ਵੀ, ਠੀਕ ਆ। ਤੇ ਰਾਤੀ ਚੋ ਗਿਆ ਤੇ ਹੁਣ ਫੇਰ ਚੋ ਕੇ ਖੜੀ ਦੋ ਟਾਈਮ, ਠੀਕ ਆ। ਤੇ ਇੱਕ ਵੱਛੀ ਕੱਲ ਵੇਖ ਗਈ ਕੱਢਣੀ ਸੀ, ਠੀਕ ਆ। ਮਤਲਬ ਆਈ ਚਲਾਈ ਹੋਈ ਜਾਂਦੀ ਜਾਂਦੀ, ਇੱਕ ਦੋ ਰੋਜ਼ ਦੀਆਂ ਵੇਖ ਜਾਂਦੀਆਂ। ਦੂਜੀ ਗੱਲ ਇਹ ਆ ਵੀ ਬਾਹਰੋਂ ਮਾਲ ਬੜਾ ਘੱਟ ਮਿਲ ਰਿਹਾ ਜੀ। ਹਾਂਜੀ ਹਾਂਜੀ, ਦੂਸਰਾ ਮਾਲ ਨਹੀਂ ਮਿਲਦਾ, ਗੰਦ ਤੇ ਚਲੋ ਵਾਧੂ ਮਿਲ ਜਾਂਦਾ, ਟੋਕੜਾ ਤਾਕੜਾ ਮਿਲ ਜਾਂਦੀ ਹੈ, ਪਰ ਆਪਣੀ ਆਦਤ ਨਹੀਂ ਹੈਗੀ ਤੁਹਾਨੂੰ ਪਤਾ, ਠੀਕ ਹੈ। ਵੇਚਦੇ ਵੀ ਆ ਜਿਸ ਤਰ੍ਹਾਂ ਦਾ ਕਿਸੇ ਦਾ ਹਿਸਾਬ ਆ। ਹਾਂਜੀ ਹਾਂਜੀ, ਆਪਣੀ ਹੁੰਦੀ ਵੀ ਚੰਗੀ, ਬਾਕੀ ਚਲੋ ਹਰ ਕੇ ਹਰ ਤਰ੍ਹਾਂ ਦਾ ਗਾਹਕ ਹੁੰਦਾ ਬਾਜ਼ਾਰ 'ਚ, ਕਿਸੇ ਦਾ ਅੱਡਾ ਚੱਲਦਾ ਵੀਰ, ਉਸ ਤਰ੍ਹਾਂ ਦਾ ਕੋਈ ਆਪਣਾ ਕੰਮ ਕਰ ਲਿਆ। ਹਾਂਜੀ ਹਾਂਜੀ, ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਹੈ ਜੀ ਗੁਰਪਿੰਦਰ ਸਿੰਘ ਜੱਜ, ਹਾਂਜੀ, ਪਿੰਡ ਜਸਰਾਵਰ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ। ਫੋਨ ਨੰਬਰ ਹੈਗਾ 6844383 9761 63 2 93, ਠੀਕ ਹੈ ਜੀ। ਅਤੇ ਅੱਜ ਸਿਰਫ ਇਹੀ ਤਿੰਨ ਆ, ਉਦਣ ਤਾਂ ਪੂਰੀ ਐਂਡ ਤੱਕ ਖੁੱਲੀ ਭਰੀ ਸੀ, ਕਦੇ ਵੱਧ ਹੋ ਗਈਆਂ ਕਿਤੇ ਘੱਟ ਹੋ ਗਈਆਂ। ਅਤੇ ਕਿਨਵਾ ਸੂ ਅੱਜ ਵਿੱਦੀ ਇਹਦਾ? ਅੱਛਾ, ਥੱਲਿਓਂ ਬੜੀ ਸਫਾਈ 'ਚ ਤਿਆਰ ਹੋਈ ਆ ਵੱਛੀ, ਬੜੇ ਚੰਗੇ ਫਾਰਮ 'ਚੋਂ ਲਈ ਹਰਪ੍ਰੀਤ ਜੀ। ਅੱਛਾ, ਰਾਤੀ ਲਿਆਂਦੀ ਵੱਛੀ ਹੈ, ਠੀਕ ਆ। ਕੱਲ੍ਹ ਲਿਆਂਦੀ 5 ਵਜੇ, ਹੁਣ ਇਹਦਾ ਮਤਲਬ ਤੁਸੀਂ ਵੇਖਣੇ ਰਹੇ ਹੋਣੇ, ਗੋਹਾ ਸਾਡੇ ਕੋਲ ਲੱਥਾਂ ਨਹੀਂ, ਪੂਰਾ ਠੰਡ ਕਰਕੇ ਨਹੀਂ ਲਾਇਆ, ਠੀਕ ਆ। ਮਤਲਬ ਬਹੁਤ ਜ਼ਿਆਦਾ ਜੰਮਿਆ ਹੈ ਗੋਹਾ, ਠੀਕ ਆ। ਇੱਕ ਨਾ ਇਹ ਝੱਬੂ ਦਾ ਬੜਾ ਡਈ ਕਰਨ, ਉਹਦੇ ਕਰਕੇ ਫਿਰ ਬੰਨ ਕੇ ਫਿਰ ਵੇਖੋ ਇੱਧਰ ਫਿਰ ਖਾਇਓ, ਇੱਕ ਨਾ ਕਿਤੇ ਨਿਸ਼ਾਨ ਵੀ ਹੈਗਾ, ਹੁਣ ਆ ਪੈ ਗਿਆ, ਠੀਕ ਆ। ਕੁਆਲਿਟੀ ਬਹੁਤ ਵਧੀਆ, ਛੋਟਾ ਜਿਹਾ ਫੇਸ ਹੈ ਮੱਛੀ ਦਾ ਇੱਧਰ, ਠੀਕ। ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਹਰਪ੍ਰੀਤ ਜੀ ਅੱਜ 12-13 ਦਿਨ, 15 ਵੀ ਹੋ ਗਏ ਹੋਣਗੇ। ਤੇ ਦੁੱਧ ਕਿੰਨਾ ਤਿਆਰ ਜੇ? ਤੇ ਦੁੱਧ ਕੋ ਹੈਗਾ ਸੀ ਕੱਲ ਤੇ ਅਸੀਂ 22-23 ਕਿਲੋ ਉਹਨਾਂ ਕੋ ਮਤਲਬ ਮਿਣਿਆ ਸੀ, ਹਾਂਜੀ। ਹੁਣ ਮਤਲਬ ਦੋਹਾਂ ਟਾਈਮਾਂ ਦਾ ਅਸੀਂ 20 ਕਿਲੋ ਦੁੱਧ ਕੱਢਿਆ ਅੱਜ ਤੋਂ। ਅੱਛਾ, ਹਾਂਜੀ, ਦੋਹਾਂ ਟਾਈਮਾਂ ਦਾ 20 ਕਿਲੋ ਦੁੱਧ ਕੱਢਿਆ, 20 ਕਿਲੋ ਦੁੱਧ ਜਿਹੜਾ ਚਵਾ ਦੋਗੇ, ਹਾਂਜੀ, ਲਿਆਓ ਫਿਰ ਤੋਰ ਦੋ ਹੋਣਾ ਰੈਡੀ, ਭਾਵੇਂ 2 ਟਾਈਮ ਭਾਵੇਂ ਕੋ ਚੋਲੇ, ਠੀਕ ਹੈ ਜੀ। ਖੋਲੀਏ ਫਿਰ ਤੋਰ ਦੀਏ, 20 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ। ਹੁਣ ਨਵਾਈ ਆ ਥੋੜੀ ਜਿਹੀ, ਲੱਕੜੀ ਬੜੀ ਜ਼ਿਆਦੀ ਸੀ, ਬਹੁਤ ਜ਼ਿਆਦਾ ਹੈ ਮਤਲਬ, ਬਾਕੀ ਛੋਟਾ ਜਿਹਾ ਫੇਸ ਆ ਇਹਦਾ, ਕੱਦ ਕਾਰ ਤੀ ਜਿਹੜੀ ਚੰਗੀ ਹੈ। ਪੂਰੇ ਕੰਪੈਕਟ ਹਵਾਨੇ ਦੀ ਆ ਜਿਹੜੀ ਫਸਵਾਂ ਹਵਾਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥਾਣ ਵੀ ਬਿਲਕੁਲ ਇੱਕੋ ਜਿਹੇ ਗੈਪ 'ਤੇ ਅਤੇ ਇੱਕੋ ਜਿਹੇ ਸਾਈਜ਼ ਦਾ ਥਾਣ ਜਿਹੜਾ ਇਹਦਾ ਲੱਗਾ। ਕਿੰਨਾ ਕੁ ਰੱਖਦੀ ਆ ਮੁੱਲ ਫਿਰ ਆਪਾਂ? ਮੁੱਲ ਤੇ ਹਰ ਵੀ ਇਹੋ ਜਿਹੀ ਵਰਸ਼ੀ 1.5 ਲੱਖ ਦੀ ਵੇਚ ਦੇਈ ਦੀ, ਪਰ ਆਪਾਂ 72,000 ਜਦੋਂ ਧੁੱਪਾ ਲੱਗਿਆ ਉਦੋਂ ਆਟੋਮੈਟਿਕ ਜਿਹੜੀਆਂ ਵਾ
ਥੋੜਾ ਥੋੜਾ ਦੁੱਧ ਜਿਹੜੀਆਂ ਸਾਰੇ ਪਸ਼ੂਆਂ ਨੇ ਵੱਧ ਜਾਣਾ, ਜਿਹੜੇ ਆਮ ਘਰਾਂ 'ਚ ਵੀ ਰੱਖੇ ਆ। ਸਾਰਿਆਂ ਨੂੰ ਪਤਾ ਹੀ ਹੈ ਕਿ ਮੌਸਮ ਹੁਣ ਕਿਹੋ ਜਿਹਾ ਚੱਲਣ ਡਿਆ। 20 ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਕੱਦ ਕੱਠ ਬੇਲ ਪੱਖੋਂ ਇਹ ਵੀ ਜਿਹੜੀ ਚੰਗੀ ਹੈ। ਅਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? 60,000 ਦੀ। ਚਲੋ ਮੌਕੇ ਦੇ ਮਾਨਤਾਨ ਵਿੱਚ ਹੋਰ ਕਰ ਦਿਓ ਕੋਈ ਵੀਰ ਫੋਨ ਲਾਵੇ ਇੱਕ ਵਾਰੀ। ਅਤੇ ਹੁਣ ਇੱਕ ਜਿਹੜੀ ਹੋਰ ਇਹ ਵੀ ਬੜੇ ਕੰਪੈਕਟ ਜਿਹੇ ਹਵਾਨੇ ਵਾਲੀ ਆ ਜਿਹੜੀ। ਥਣ ਦੇਖੋ ਇਹਦੇ ਕਰੀ, ਥਣ ਬੜਾ ਕਮਾਲ ਦਾ ਜਿਹੜਾ ਹਵਾਨੇ ਅਤੇ ਨਾੜਾਂ ਵੀ ਜਿਹੜੀਆਂ ਸੋਹਣੀਆਂ ਵਾ। ਇਹਦਾ ਕਿੰਨਵਾਂ ਸੂ ਅੱਜ ਵੀਰ ਜੀ? ਕਿੰਨਾ ਚਵਾਈ ਜਾਊਗੀ? 20 ਕਿਲੋ ਦੁੱਧ ਵੱਛੀ ਚਵਾ ਜੂਗੀ। ਚਲੋ ਜ਼ਿਆਦਾ ਨੀ ਆਪਾਂ ਕਹਿੰਦੇ, ਸਾਂਭ ਸਾਰੀਆਂ 20+ ਵਾਲੀਆਂ ਹੀ ਆ ਗਏ। 20 ਤੋਂ ਚਵਾ ਦੂਗੀ। ਲਿਆ ਫਿਰ ਤੋਰੋ ਇੱਕ ਦਿਨ ਨੂੰ। 20 ਦੇ ਲਾਗੇ ਬੰਨੇ ਵਾਲੀਆਂ ਹੀ ਆ ਜਿਹੜੀਆਂ ਸਾਰੀਆਂ ਅੱਜ। ਬਾਕੀ ਤਿੰਨੇ ਹੀ ਸੂਈਆਂ ਸਵਾਈਆਂ ਵਾ ਆਪਣੀ, ਇੱਥੇ ਆ ਕੇ ਹੱਥੀਂ ਚਵਾਈ ਕਰਕੇ ਆਪ ਪਸੰਦ ਕਰਕੇ ਵੇਚ ਚਾਖ ਕੇ ਫਿਰ ਹੀ ਖੜੋ। ਇਹ ਵੀ ਬਿਲਕੁਲ ਫਸਟਵੇਂ ਆਰਡਰ ਦੀ ਆ। ਤੁਹਾਡੇ ਘਰੇ ਜਿਸ ਤਰ੍ਹਾਂ ਮਰਜ਼ੀ ਤਸੱਲੀ ਕਰ ਲੇ, ਜਿੰਨੇ ਮਤਲਬ ਧਾਰ ਨੀ ਮਾਰਨੀ ਉਹ ਤੇ ਉਹਦਾ ਤੇ ਹੱਕ ਹੈਗਾ ਲਾਮਾ ਦੇਣ ਦਾ। ਅੱਜ ਭਲ ਕੇ ਫੋਨ ਕਰ ਲਈ, ਜੇ ਕੋਈ ਆਖੇ 15 ਦਿਨਾਂ ਬਾਅਦ ਫੋਨ ਕਰੇ ਤੇ ਉਹ ਤੁਹਾਨੂੰ ਪਤਾ ਸੁੱਟ ਨਹੀਂ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਫਿਰ ਹੀ ਆਪਣਾ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।